ਗਰੀਬ ਆਈਸਕ੍ਰੀਮ ਵਾਲੇ ਦੇ ਨਾਲ ਲੁੱਟ ਦੀ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਬੁਲਟ ਦੇ ਉੱਤੇ ਆਏ ਦੋ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਡੰਡੇ ਮਾਰ ਕੇ ਉਸਨੂੰ ਕੁੱਟਿਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਆਈਸਕ੍ਰੀਮ ਦੀ ਰੇਹੜੀ ਲੈ ਕੇ ਜਾਂਦਾ ਨਜ਼ਰ ਆ ਰਿਹਾ, ਪਰ ਇੰਨੇ ਦੇ ਵਿੱਚ ਇੱਕ ਕੋਲ ਆ ਕੇ ਬੁਲਟ ਮੋਟਰਸਾਈਕਲ ਖੜ੍ਹਾ ਹੁੰਦਾ। ਸ਼ਾਇਦ ਆਈਸਕ੍ਰੀਮ ਵਾਲੇ ਨੂੰ ਲੱਗਦਾ ਕਿ ਕੋਈ ਗ੍ਰਾਹਕ ਉਹਨਾਂ ਦੇ ਕੋਲ ਆਇਆ ਜਿਸਨੇ ਕੋਈ ਕੁਲਫੀ ਜਾਂ ਫਿਰ ਆਈਸਕ੍ਰੀਮ ਲੈਣੀ ਹੋਵੇਗੀ। ਪਰ ਜਿਵੇਂ ਹੀ ਇੱਕ ਬਦਮਾਸ਼ ਪਿੱਛੋਂ ਉਤਰਦਾ, ਉਸਦੇ ਵੱਲੋਂ ਪਹਿਲਾਂ ਆਈਸਕ੍ਰੀਮ ਦੀ ਮੰਗ ਕੀਤੀ ਜਾਂਦੀ ਹੈ। ਜਿਵੇਂ ਹੀ ਆਈਸਕ੍ਰੀਮ ਵਾਲਾ ਆਈਸਕ੍ਰੀਮ ਕੱਢ ਕੇ ਉਹਨਾਂ ਨੂੰ ਦਿੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਬੁਲਟ 'ਤੇ ਬੈਠਾ ਜੋ ਸ਼ਖਸ ਹੈ ਉਹ ਉਤਰ ਕੇ ਆਉਂਦਾ ਅਤੇ ਡੰਡਾ ਮਾਰਦਾ ਆਉਂਦੇ ਸਾਰੀ ਆਈਸਕ੍ਰੀਮ ਵਾਲੇ ਦੇ, ਜਿਸ ਤੋਂ ਬਾਅਦ ਆਈਸਕ੍ਰੀਮ ਵਾਲਾ ਘਾਬਰ ਜਾਂਦਾ ਅਤੇ ਉਸਦੇ ਕੋਲੋਂ ਤੀ ਉਸਦੇ ਪੈਸੇ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਦੱਸ ਦਈਏ ਕਿ ਆਈਸਕ੍ਰੀਮ ਵਾਲੇ ਉਹੀ ਨੇ ਜੋ ਅਕਸਰ ਗਰਮੀ ਦੇ ਦਿਨਾਂ ਦੇ ਵਿੱਚ ਤਪਦੀ ਧੁੱਪ ਦੇ ਵਿੱਚ ਖੜ ਕੇ ਸਖਤ ਮਿਹਨਤ ਕਰਕੇ ਆਪਣੀ ਦੋ ਟਾਈਮ ਦੀ ਰੋਟੀ ਕਮਾਉਂਦੇ ਨੇ, ਪਰ ਹੁਣ ਉਹਨਾਂ ਨੂੰ ਵੀ ਜੋ ਇਹ ਬਦਮਾਸ਼ ਨੇ ਨਹੀਂ ਬਖਸ਼ਦੇ ਪਏ, ਉਹਨਾਂ ਦੇ ਕੋਲੋਂ ਵੀ ਪੈਸਿਆਂ ਦੀ ਲੁੱਟਖੋ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਆਈਸਕ੍ਰੀਮ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ। ਇੱਕ ਗਰੀਬ ਆਈਸਕ੍ਰੀਮ ਵਾਲੇ ਦੇ ਨਾਲ ਲੁੱਟ ਦੀ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਬੁਲਟ ਦੇ ਉੱਤੇ ਆਏ ਦੋ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਡੰਡੇ ਮਾਰ ਕੇ ਉਸਨੂੰ ਕੁੱਟਿਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਆਈਸਕ੍ਰੀਮ ਦੀ ਰੇਹੜੀ ਲੈ ਕੇ ਜਾਂਦਾ ਨਜ਼ਰ ਆ ਰਿਹਾ, ਪਰ ਇੰਨੇ ਦੇ ਵਿੱਚ ਇੱਕ ਕੋਲ ਆ ਕੇ ਬੁਲਟ ਮੋਟਰਸਾਈਕਲ ਖੜ੍ਹਾ ਹੁੰਦਾ। ਸ਼ਾਇਦ ਆਈਸਕ੍ਰੀਮ ਵਾਲੇ ਨੂੰ ਲੱਗਦਾ ਕਿ ਕੋਈ ਗ੍ਰਾਹਕ ਉਹਨਾਂ ਦੇ ਕੋਲ ਆਇਆ ਜਿਸਨੇ ਕੋਈ ਕੁਲਫੀ ਜਾਂ ਫਿਰ ਆਈਸਕ੍ਰੀਮ ਲੈਣੀ ਹੋਵੇਗੀ। ਪਰ ਜਿਵੇਂ ਇੱਕ ਬਦਮਾਸ਼ ਪਿੱਛੋਂ ਉਤਰਦਾ, ਉਸਦੇ ਵੱਲੋਂ ਪਹਿਲਾਂ ਆਈਸਕ੍ਰੀਮ ਦੀ ਮੰਗ ਕੀਤੀ ਜਾਂਦੀ ਹੈ। ਜਿਵੇਂ ਹੀ ਆਈਸਕ੍ਰੀਮ ਵਾਲਾ ਆਈਸਕ੍ਰੀਮ ਕੱਢ ਕੇ ਉਹਨਾਂ ਨੂੰ ਦਿੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਬੁਲਟ 'ਤੇ ਬੈਠਾ ਜੋ ਸ਼ਖਸ ਹੈ ਉਹ ਉਤਰ ਕੇ ਆਉਂਦਾ ਅਤੇ ਡੰਡਾ ਮਾਰਦਾ ਆਉਂਦੇ ਸਾਰੀ ਆਈਸਕ੍ਰੀਮ ਵਾਲੇ ਦੇ, ਜਿਸ ਤੋਂ ਬਾਅਦ ਆਈਸਕ੍ਰੀਮ ਵਾਲਾ ਘਾਬਰ ਜਾਂਦਾ ਅਤੇ ਉਸਦੇ ਕੋਲੋਂ ਤੀ ਉਸਦੇ ਪੈਸੇ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਦੱਸ ਦਈਏ ਕਿ ਆਈਸਕ੍ਰੀਮ ਵਾਲੇ ਉਹੀ ਨੇ ਜੋ ਅਕਸਰ ਗਰਮੀ ਦੇ ਦਿਨਾਂ ਦੇ ਵਿੱਚ ਤਪਦੀ ਧੁੱਪ ਦੇ ਵਿੱਚ ਖੜ ਕੇ ਸਖਤ ਮਿਹਨਤ ਕਰਕੇ ਆਪਣੀ ਦੋ ਟਾਈਮ ਦੀ ਰੋਟੀ ਕਮਾਉਂਦੇ ਨੇ, ਪਰ ਹੁਣ ਉਹਨਾਂ ਨੂੰ ਵੀ ਜੋ ਇਹ ਬਦਮਾਸ਼ ਨੇ ਨਹੀਂ ਬਖਸ਼ਦੇ ਪਏ, ਉਹਨਾਂ ਦੇ ਕੋਲੋਂ ਵੀ ਪੈਸਿਆਂ ਦੀ ਲੁੱਟਖੋ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਆਈਸਕ੍ਰੀਮ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ। ਇੱਕ ਗਰੀਬ ਆਈਸਕ੍ਰੀਮ ਵਾਲੇ ਦੇ ਨਾਲ ਲੁੱਟ ਦੀ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਬੁਲਟ ਦੇ ਉੱਤੇ ਆਏ ਦੋ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਡੰਡੇ ਮਾਰ ਕੇ ਉਸਨੂੰ ਕੁੱਟਿਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਆਈਸਕ੍ਰੀਮ ਦੀ ਰੇਹੜੀ ਲੈ ਕੇ ਜਾਂਦਾ ਨਜ਼ਰ ਆ ਰਿਹਾ, ਪਰ ਇੰਨੇ ਦੇ ਵਿੱਚ ਇੱਕ ਕੋਲ ਆ ਕੇ ਬੁਲਟ ਮੋਟਰਸਾਈਕਲ ਖੜ੍ਹਾ ਹੁੰਦਾ। ਸ਼ਾਇਦ ਆਈਸਕ੍ਰੀਮ ਵਾਲੇ ਨੂੰ ਲੱਗਦਾ ਕਿ ਕੋਈ ਗ੍ਰਾਹਕ ਉਹਨਾਂ ਦੇ ਕੋਲ ਆਇਆ ਜਿਸਨੇ ਕੋਈ ਕੁਲਫੀ ਜਾਂ ਫਿਰ ਆਈਸਕ੍ਰੀਮ ਲੈਣੀ ਹੋਵੇਗੀ। ਪਰ ਜਿਵੇਂ ਇੱਕ ਬਦਮਾਸ਼ ਪਿੱਛੋਂ ਉਤਰਦਾ, ਉਸਦੇ ਵੱਲੋਂ ਪਹਿਲਾਂ ਆਈਸਕ੍ਰੀਮ ਦੀ ਮੰਗ ਕੀਤੀ ਜਾਂਦੀ ਹੈ। ਜਿਵੇਂ ਹੀ ਆਈਸਕ੍ਰੀਮ ਵਾਲਾ ਆਈਸਕ੍ਰੀਮ ਕੱਢ ਕੇ ਉਹਨਾਂ ਨੂੰ ਦਿੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਬੁਲਟ 'ਤੇ ਬੈਠਾ ਜੋ ਸ਼ਖਸ ਹੈ ਉਹ ਉਤਰ ਕੇ ਆਉਂਦਾ ਅਤੇ ਡੰਡਾ ਮਾਰਦਾ ਆਉਂਦੇ ਸਾਰੀ ਆਈਸਕ੍ਰੀਮ ਵਾਲੇ ਦੇ, ਜਿਸ ਤੋਂ ਬਾਅਦ ਆਈਸਕ੍ਰੀਮ ਵਾਲਾ ਘਾਬਰ ਜਾਂਦਾ ਅਤੇ ਉਸਦੇ ਕੋਲੋਂ ਤੀ ਉਸਦੇ ਪੈਸੇ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਦੱਸ ਦਈਏ ਕਿ ਆਈਸਕ੍ਰੀਮ ਵਾਲੇ ਉਹੀ ਨੇ ਜੋ ਅਕਸਰ ਗਰਮੀ ਦੇ ਦਿਨਾਂ ਦੇ ਵਿੱਚ ਤਪਦੀ ਧੁੱਪ ਦੇ ਵਿੱਚ ਖੜ੍ਹ ਕੇ ਸਖਤ ਮਿਹਨਤ ਕਰਕੇ ਆਪਣੀ ਦੋ ਟਾਈਮ ਦੀ ਰੋਟੀ ਕਮਾਉਂਦੇ ਨੇ, ਪਰ ਹੁਣ ਉਹਨਾਂ ਨੂੰ ਵੀ ਜੋ ਇਹ ਬਦਮਾਸ਼ ਨੇ ਨਹੀਂ ਬਖਸ਼ਦੇ ਪਏ, ਉਹਨਾਂ ਦੇ ਕੋਲੋਂ ਵੀ ਪੈਸਿਆਂ ਦੀ ਲੁੱਟਖੋ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਆਈਸਕ੍ਰੀਮ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ।